ਕੋਈ ਨਾ ਕੋਈ ਖਬਰ ਦੁਰਘਟਨਾਵਾਂ ਦੀਆਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ। ਇਹਨਾਂ ਦੇ ਜੇਕਰ ਕਾਰਨਾਂ ਦੀ ਗੱਲ ਕਰੀਏ ਤਾਂ ਅੱਜ ਅੰਨੇਵਾਹ ਰਫਤਾਰ ਨਾਲ ਵਾਹਨ ਚਲਾਉਣਾ ਹੈ, ਪਰ ਇਸ ਤੇ ਕੋਈ ਵੀ ਗੌਰ ਨਹੀਂ ਕੀਤੀ ਜਾ ਰਹੀ, ਜਿਸ ਦੇ ਕਾਰਨ ਅੱਜ ਇਸੇ ਤਰ੍ਹਾਂ ਦੀ ਘਟਨਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਨਜ਼ਦੀਕ ਪਿੰਡ ਨੂਰਪੁਰਾ 'ਚ ਇੱਕ ਤੇਜ਼ ਰਫਤਾਰ ਬੱਸ ਨੇ ਮਾਰੀ ਇੱਕ ਟਰੈਕਟਰ ਨੂੰ ਟੱਕਰ ਵਜੋਂ ਸਾਹਮਣੇ ਆਈ ਹੈ। ਇਸ ਦੁਰਘਟਨਾ 'ਚ ਟਰੈਕਟਰ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਅਤੇ ਬੱਸ 'ਚ ਸਵਾਰ ਸਵਾਰੀਆਂ ਵੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਨ੍ਹਾਂ ਨੂੰ ਮੌਕੇ 'ਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਅਮਲੋਹ ਤੋਂ ਨਾਭੇ ਜਾ ਰਹੀ ਸੀ। ਬੱਸ ਦੀ ਰਫਤਾਰ ਕਾਫੀ ਤੇਜ਼ ਦੱਸੀ ਜਾ ਰਹੀ, ਜਿਸ ਦਾ ਕਾਰਨ ਰਫਤਾਰ ਕੰਟਰੋਲ ਨਾ ਹੋ ਪਾਈ ਤੇ ਟਰੈਕਟਰ 'ਤੇ ਜਾ ਕੇ ਟਕਰਾਈ, ਜਿੱਥੇ ਹੁਣ ਆਮ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਬੱਸਾਂ ਦੀ ਰਫਤਾਰ ਨੂੰ ਨਿਰਧਾਰਿਤ ਕੀਤਾ ਜਾਵੇ ਤਾਂ ਕਿ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਅੱਗੇ ਤੋਂ ਨਾ ਹੋਣ। ਉੱਥੇ ਹੀ ਮੌਕੇ 'ਤੇ ਪਹੁੰਚ ਕੇ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਹਮਣੇ ਘਰ ਆ ਰੋਡ 'ਤੇ ਦੁਕਾਨ ਮੇਰੀ, ਅਤੇ ਐਕਸੀਡੈਂਟ ਜਦੋਂ ਇੱਕ ਤੋਂ ਵੱਧ ਉਹਦਾ ਆਵਾਜ਼ ਆਈ ਆ, ਅਤੇ ਉੱਥੋਂ ਅਸੀਂ ਭੱਜ ਕੇ ਆਏ ਹਾਂ ਅਤੇ ਖਾਸਾ ਕੱਟ ਹੋ ਗਿਆ। ਅੱਗੇ ਦੇਖਿਆ ਤਾਂ ਜਿਹੜਾ ਟਰੈਕਟਰ ਵਾਲਾ ਬਜ਼ੁਰਗ ਸੀਗਾ ਉਹਦੀ ਡੈਥ ਹੋ ਚੁੱਕੀ, ਪਰ ਦੂਸਰਾ ਬੰਦਾ ਬੱਸ ਵਾਲਾ ਸੀਗਾ ਉਹਦੀ ਲੱਤਾਂ ਰੁੱਕ ਗਈਆਂ, ਕੁਛ ਹੋਰ ਸਵਾਰੀਆਂ ਸੀਗੀਆਂ ਗੰਭੀਰ ਉਹਨਾਂ ਸੱਟਾਂ ਲੱਗੀਆਂ ਫਸਲੀਆਂ ਬਹੁਤ ਜ਼ਿਆਦਾ, ਅਤੇ ਜਿਹੜਾ ਡਰਾਈਵਰ ਸੀਗਾ ਬੱਸ ਵਾਲਾ ਉਹਨੂੰ ਅਸੀਂ ਅਮਲੋਹ ਭੇਜਤਾ ਪਹਿਲਾਂ ਹੀ ਐਂਬੂਲੈਂਸ ਮੰਗਾ ਕੇ, ਜਿਹੜੀ ਡੈਥ ਹੋਈ ਸੀਗੀ ਉਦੋਂ ਨਾਲ ਦੇ ਨਾਲ ਇਹ ਬਲਾਜ ਪੁਲਿਸ ਵਾਲੇ ਆ ਗਏ, ਉਹਨੇ ਵੀ ਅਮਲੋਹ ਭੇਜਤਾ, ਬਾਕੀ ਰੋਡ ਕਲੀਅਰ ਕਰਿਆ, ਰੋਡ ਵਗੈਰਾ ਛੱਡ ਦਿੱਤੇ, ਖਾਸੇ ਭੀੜ ਵਗੈਰਾ ਹੋ ਜਾਂਦੀ ਸੀਗੀ। ਪਿੱਛੋਂ ਲੈ ਕੇ ਬੱਸ ਵਾਲੇ ਟਰੈਕਟਰ ਵਿੱਚ ਓਵਰਟੇਕ ਕਰਨ ਲੱਗੇ ਬੱਚੀ ਹੈ, ਜਿਹੜੀ ਅਸੀਂ ਮੌਕੇ 'ਤੇ ਆ ਕੇ ਰੋਡ ਕਲੀਅਰ ਕਰਾਤਾ, ਬਾਕੀ ਜੋ ਕਾਨੂੰਨੀ ਕਾਰਵਾਈ ਹੋਊਗੀ ਅਸੀਂ ਕਰਾਂਗੇ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।